ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ ਨੇ ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਭਰਾ ਦਾ ਰੋਲ ਨਿਭਾਇਆ। ਸਾਡੇ ਨਾਲ ਨੇ ਸੰਗਰਾਮ ਸਿੰਘ। ਜੀ ਹਾਂ, ਤੁਸੀਂ ਜਾਣਦੇ ਹੋਣੇ ਉਹਦੇ ਦਮਦਾਰ ਡਾਇਲੋਗ, ਯਾਨੀ ਕਿ ਡੈਵੀ ਗਰੇਵਾਲ। ਜਦੋਂ ਉਹਨਾਂ ਨੇ ਸਾਨੂੰ ਭੇਜੀਆਂ ਆਪਣੀਆਂ ਟਿਕਟਸ, ਕਹਿੰਦੇ ਜੀ ਤੁਸੀਂ ਆਓ ਬੰਬੇ ਅਤੇ ਤੁਹਾਡੇ ਨਾਲ ਮੀਟਿੰਗ ਹੈ। ਮੈਂ ਕਿਹਾ ਯਾਰ ਪਹਿਲੇ ਬੰਦੇ ਨੇ ਜਿਹੜੇ ਟਿਕਟ ਭੇਜ ਰਹੇ ਨੇ ਮੀਟਿੰਗ ਵਾਸਤੇ, ਹੈ ਨਾ, ਸੋ ਕੁਛ ਨਾ ਕੁਛ ਤਾਂ ਹੋਊਗਾ, ਹੈ ਨਾ, ਅਲੱਗ ਅਲੱਗ। ਅਤੇ ਜਦੋਂ ਜਿਸ ਦਿਨ ਮੀਟਿੰਗ ਕਰਨ ਗਈ ਅਤੇ ਸੰਦੀਪ ਸਰ ਸਾਡੇ ਬਿਲਕੁਲ ਸਾਹਮਣੇ, ਕਿੱਦਾਂ ਹੋਊਗਾ, ਮੈਂ ਸਾਨੂੰ ਅੱਜ ਅੰਗਰੇਜ਼ੀ ਗਾਣਾ ਸੁਣਾਇਆ ਅਤੇ ਜਿਹੜਾ ਮੂਵੀ ਦਾ BGM ਸੀ, ਹੈ ਨਾ, ਉਹ ਉਹਨਾਂ ਨੇ ਸੁਣਾਇਆ ਸਾਨੂੰ ਕਿ ਇੱਦਾਂ ਦੀ ਚੀਜ਼ ਹੋਊਗੀ, ਤੁਸੀਂ 11 ਭਰਾ ਹੋਵੋਗੇ ਅਤੇ ਥੋੜ੍ਹਾ ਮਾਫੀਆ ਟਾਈਪ ਦਾ, ਮਤਲਬ ਕਿ ਲਾਈਕ ਉੱਦਾਂ ਦੀ ਚੀਜ਼ ਹੋਊਗੀ। ਜਦੋਂ ਫਿਲਮ ਐਨੀਮਲ ਪਰਦੇ 'ਤੇ ਆਈ ਤਾਂ ਲੋਕਾਂ ਨੇ ਦੌੜ ਲਾ ਲਈ ਹੈ ਥੀਏਟਰਾਂ ਵੱਲ। ਫਿਲਮ ਚਰਚਾ ਦਾ ਵਿਸ਼ਾ ਬਣੀ ਰਹੀ ਔਰ ਉਹਦੇ ਵਿੱਚ ਜਿਹੜੇ ਕਿਰਦਾਰ ਸੀਗੇ ਉਹ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਲੇਕਿਨ ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ ਨੇ ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਭਰਾ ਦਾ ਰੋਲ ਨਿਭਾਇਆ ਔਰ ਉਹਨਾਂ ਦਾ ਰੋਲ ਉਹਨਾਂ ਦੀ ਲਾਈਫ 'ਚ ਅਤੇ ਕਿਰਦਾਰ 'ਚ ਬਹੁਤ ਅਲੱਗ ਅਲੱਗ ਹੈ। ਸਾਡੇ ਨਾਲ ਨੇ ਸੰਗਰਾਮ ਸਿੰਘ। ਜੀ ਹਾਂ, ਤੁਸੀਂ ਜਾਣਦੇ ਹੋਣੇ ਉਹਦੇ ਦਮਦਾਰ ਡਾਇਲੋਗ, ਯਾਨੀ ਕਿ ਡੈਵੀ ਗਰੇਵਾਲ। ਡੈਵੀ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੰਗਰਾਮ ਸਿੰਘ ਵਧੀਆ ਲੱਗਦਾ, ਡੈਵੀ ਵਧੀਆ ਲੱਗਦਾ? ਮੈਨੂੰ ਤਾਂ ਜੀ ਡੈਵੀ ਵਧੀਆ ਲੱਗਦਾ, ਅੱਜ ਕੱਲ੍ਹ ਆਡੀਅੰਸ ਨੂੰ ਸੰਗਰਾਮ ਸਿੰਘ ਬੜਾ ਵਧੀਆ ਲੱਗਦਾ। ਸੰਗਰਾਮ ਸਿੰਘ ਵਧੀਆ ਲੱਗਦਾ। ਜਦੋਂ ਇਹ ਪਤਾ ਲੱਗਿਆ ਡੈਵੀ ਗਰੇਵਾਲ ਨੂੰ, ਕਿਉਂਕਿ ਤੁਸੀਂ ਥੀਏਟਰ ਦੇ ਕੀਤਾ ਹੋਇਆ ਸਟੂਡੈਂਟ ਰਹੇ ਹੋ, ਹੈ ਨਾ, ਇੱਕ ਤੁਹਾਡੇ ਅੰਦਰ ਆਰਟਿਸਟ ਪਹਿਲਾਂ ਹੀ ਤੋਂ ਸੀਗਾ ਔਰ ਤੁਸੀਂ ਕਾਫੀ ਪਹਿਲਾਂ ਕੰਮ ਵੀ ਕਰ ਚੁੱਕੇ ਹੋ, ਲੇਕਿਨ ਜਿਹੜੀ ਐਨੀਮਲ ਫਿਲਮ ਹੈ ਇੱਕ ਬਹੁਤ ਵੱਡੇ ਪੱਧਰ ਦੀ ਫਿਲਮ ਸੀ ਔਰ ਜਦੋਂ ਪਤਾ ਲੱਗਿਆ ਤੁਹਾਨੂੰ ਕਿ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਇਹਨਾਂ ਦੇ ਨਾਲ ਕੰਮ ਕਰਨਾ, ਅਨਿਲ ਕਪੂਰ, ਤਾਂ ਡੈਵੀ ਗਰੇਵਾਲ ਦੇ ਅੰਦਰ ਦਾ ਆਰਟਿਸਟ ਕੀ ਕਹਿ ਰਿਹਾ ਸੀ? ਜਿਸ ਦਿਨ ਮੈਨੂੰ ਕਾਲ ਆਈ, ਫਸਟ ਟਾਈਮ ਮੈਨੂੰ ਕਾਲ ਆਈ, ਕਹਿੰਦੇ ਕਿ ਐਂ ਕਰਕੇ ਸੰਦੀਪ ਰੈਡੀ ਵਾਂਗਾ ਜੀ ਪਿਕਚਰ ਕਰ ਰਹੇ ਨੇ ਐਨੀਮਲ, ਅਤੇ ਮੈਂ ਕਿਹਾ ਜੀ ਠੀਕ ਹੈ, ਹੈ ਨਾ, ਇੱਕ ਵਾਰੀ ਤਾਂ ਤੁਹਾਨੂੰ ਹੁੰਦਾ ਹੀ ਹੈ ਕਿ ਯਾਰ ਬੰਬੇ ਤੋਂ ਕਾਲ ਆਈ ਹੈ ਤੁਹਾਨੂੰ, ਤਾਂ ਮੇਰੇ ਵਰਗੇ ਕਲਾਕਾਰ ਵਾਸਤੇ ਬਹੁਤ ਵੱਡੀ ਗੱਲ ਸੀ। ਸੋ ਮੈਂ ਥੋੜ੍ਹਾ ਜਿਹਾ, ਕਿਉਂਕਿ ਕਾਲਸ ਆਉਂਦੀਆਂ ਸੀ ਕਿਉਂਕਿ ਅਸੀਂ ਆਡੀਸ਼ਨ ਭੇਜਦੇ ਸੀਗੇ ਕਿ ਹਾਂਜੀ ਆਡੀਸ਼ਨ ਭੇਜ, ਕਾਲ ਕਿਹਦੀ ਸੀਗੀ? ਇਹ ਆਪਣੇ ਕਾਸਟਿੰਗ ਵਾਲਿਆਂ ਦੀ ਕਾਲ ਸੀ, ਮੁੰਡੇ ਵੇਦਾਂਤ ਮੁੰਡਾ ਹੈਗਾ, ਹਾਂਜੀ, ਇੱਕ ਜੀਤੂ ਹੈਗਾ ਮੁੰਡਾ, ਉਹਨਾਂ ਨੇ ਕਾਸਟਿੰਗ ਕੀਤੀ ਸੀ ਇਸ ਪਿਕਚਰ ਦੀ, ਅਤੇ ਉਹ ਟੀਮ ਦੇ ਹੀ ਬੰਦੇ ਨੇ ਉੱਥੋਂ ਜਿਹੜੇ ਟੀ ਸੀਰੀਜ਼ ਦੇ। ਸੋ ਉਹਨਾਂ ਦੀ ਮੈਨੂੰ ਕਾਲ ਆਈ ਅਤੇ ਮੈਂ ਕਿਹਾ ਜੀ ਠੀਕ ਹੈ, ਹੈ ਨਾ, ਅਤੇ ਮੈਨੂੰ ਕਹਿੰਦੇ ਜੀ ਐਂ ਕਰਕੇ ਸੰਦੀਪ ਸਰ ਕਰ ਰਹੇ ਨੇ ਅਤੇ ਰਣਬੀਰ ਕਪੂਰ ਸਰ ਉਹਦੇ ਵਿੱਚ ਨੇ। ਉਹ ਮੇਰੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਚੀਜ਼ ਸੀਗੀ ਕਿ ਯਾਰ ਕਿੱਦਾਂ ਦਾ ਕਰੈਕਟਰ ਹੋਊਗਾ, ਕਹਿੰਦੇ ਕਿ ਹਾਂ ਵੀ ਭਰਾਵਾਂ ਦਾ ਕਰੈਕਟਰ ਹੈ, ਅਤੇ ਮੈਂ ਕਿਹਾ ਯਾਰ ਚਲੋ ਉਹੀ ਚੀਜ਼ਾਂ ਜਿਵੇਂ ਬਾਲੀਵੁੱਡ ਦੇ ਵਿੱਚ ਹੁੰਦੀਆਂ ਨੇ ਕਿ ਜੀ ਕੋਈ ਵਿਆਹ ਵਾਲੀ ਮੂਵਮੈਂਟ ਹੈਗੀ ਆ, ਪਿੱਛੇ ਭਰਾ ਨੱਚ ਰਹੇ ਨੇ ਜਾਂ ਕੁਛ, ਮੇਰੇ ਦਿਮਾਗ 'ਚ ਇੱਦਾਂ ਦਾ ਸੀ, ਉਹ ਸਾਰੇ ਭਰਾਵਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਇੱਦਾਂ ਦੀ ਕੁਐਸਚਨ ਸੀ ਯਾਰ ਕੀ ਹੋਊਗਾ, ਹੈ ਨਾ। ਪਰ ਜਦੋਂ ਅਸੀਂ ਸੈੱਟ 'ਤੇ ਗਏ ਅਤੇ ਜਦੋਂ ਸ਼ੂਟ ਸਟਾਰਟ ਹੋਇਆ, ਪਹਿਲੀ ਗੱਲ ਤਾਂ ਮੀਟਿੰਗ ਜਦੋਂ ਹੋਈ ਸੰਦੀਪ ਸਰ ਦੇ ਨਾਲ, ਫਸਟ ਡੇ ਉਹਨਾਂ ਨੇ ਸਾਨੂੰ ਉਹ ਭੇਜੀਆਂ ਆਪਣੀਆਂ, ਠੀਕ ਹੈ ਜੀ, ਜਦੋਂ ਉਹਨਾਂ ਨੇ ਸਾਨੂੰ ਭੇਜੀਆਂ ਆਪਣੀਆਂ ਟਿਕਟਸ, ਕਹਿੰਦੇ ਜੀ ਤੁਸੀਂ ਆਓ ਬੰਬੇ ਅਤੇ ਤੁਹਾਡੇ ਨਾਲ ਮੀਟਿੰਗ ਹੈ। ਮੈਂ ਕਿਹਾ ਯਾਰ ਪਹਿਲੇ ਬੰਦੇ ਨੇ ਜਿਹੜੇ ਟਿਕਟ ਭੇਜ ਰਹੇ ਨੇ ਮੀਟਿੰਗ ਵਾਸਤੇ, ਹੈ ਨਾ, ਸੋ ਕੁਛ ਨਾ ਕੁਛ ਤਾਂ ਹੋਊਗਾ, ਹੈ ਨਾ, ਅਲੱਗ। ਅਤੇ ਜਦੋਂ ਜਿਸ ਦਿਨ ਮੀਟਿੰਗ ਕਰਨ ਗਏ ਅਤੇ ਸੰਦੀਪ ਸਰ ਸਾਡੇ ਬਿਲਕੁਲ ਸਾਹਮਣੇ, ਮੈਂ ਕਿਹਾ ਹਾਂ, ਜਿਹੜੇ ਕਬੀਰ ਸਿੰਘ ਦੇ ਡਾਇਰੈਕਟਰ ਨੇ ਜਿਨ੍ਹਾਂ ਨੇ ਅਰਜੁਨ ਰੈਡੀ ਵਰਗੀ ਪਿਕਚਰ ਬਣਾਈ, ਹੈ ਨਾ, ਅਤੇ ਫਿਰ ਮੈਨੂੰ ਲੱਗਿਆ ਯਾਰ ਕੁਛ ਅਲੱਗ ਚੀਜ਼ ਹੈ, ਕੁਛ ਹੈ, ਹੈ ਨਾ। ਅਤੇ ਜਦੋਂ ਉਹਨਾਂ ਨੇ ਨਰੇਟ ਕੀਤੀਆਂ ਚੀਜ਼ਾਂ ਕਿ ਇੱਦਾਂ ਹੋਊਗਾ, ਉਹਨਾਂ ਨੇ ਸਾਨੂੰ ਅਰਜਨ ਵੈਲੀ ਗਾਣਾ ਸੁਣਾਇਆ ਅਤੇ ਜਿਹੜਾ ਮੂਵੀ ਦਾ BGM ਸੀ, ਹੈ ਨਾ, ਉਹ ਉਹਨਾਂ ਨੇ ਸੁਣਾਇਆ ਸਾਨੂੰ ਕਿ ਇੱਦਾਂ ਦੀ ਚੀਜ਼ ਹੋਊਗੀ, ਤੁਸੀਂ 11 ਭਰਾ ਹੋਵੋਗੇ
ਤੇ ਥੋੜਾ ਮਾਫੀਆ ਟਾਈਪ ਮਤਲਬ ਕਿ ਲਾਈਕ ਉਦਾਂ ਦੀ ਚੀਜ਼ ਹੋਊਗੀ ਯਾਰ ਕਿਆ ਬਾਤ ਆ ਹਨਾ ਉਸ ਟਾਈਮ ਐਕਸਾਈਟਿਡ ਹੋਇਆ ਮੈਂ ਲਾਈਕ ਉੱਥੇ ਤਾਂ ਮੈਂ ਕੋਈ ਐਕਸਪ੍ਰੈਸ਼ਨ ਨਹੀਂ ਦਿੱਤਾ ਮੈਂ ਸ਼ਾਂਤ ਬੈਠਾ ਸੀ ਮੈਨੂੰ ਸਰ ਹੁਣ ਕਹਿੰਦੇ ਵੀ ਹੁੰਦੇ ਸੀਗੇ ਕਿ ਜਦੋਂ ਤੈਨੂੰ ਦੇਖੇ ਨਾ ਤਾਂ ਮੈਂ ਲੱਗੋ ਕਿ ਹਾਂ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਬੈਠਾ ਹੈ ਜਾਂ ਕੁਛ ਵੀ ਆ ਬਟ ਅੰਦਰੋਂ ਇੱਕ ਐਕਸਾਈਟਮੈਂਟ ਹੁੰਦੀ ਹੈ ਨਾ ਆਰਟਿਸਟ ਨੂੰ ਤੇ ਲਾਈਕ ਉੱਤੋਂ ਰਣਬੀਰ ਕਪੂਰ ਠੀਕ ਹੈ ਜੀ ਰਣਬੀਰ ਕਪੂਰ ਜੀ ਦੇ ਮੈਂ ਐਵੇਂ ਗੱਲ ਕਹਾਂ ਯੂਨੀਵਰਸਿਟੀ ਟਾਈਮ ਦੇ ਉੱਤੇ ਰੌਕ ਸਟਾਰ ਮੈਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਦੇਖੀ ਹਾਂ ਮੈਂ ਮੇਰੇ ਹਿਸਾਬ ਨਾਲ 25-26 ਵਾਰ ਪਿਕਚਰ ਦੇਖ ਚੁੱਕਿਆ ਅਸੀਂ ਬੈਠੇ ਹੋਸਟਲ ਦੇ ਵਿੱਚ ਹੁੰਦੇ ਸੀ ਅਸੀਂ ਉਹ ਗਾਣੇ ਲਾ ਕੇ ਸਾਡਾ ਹੱਕ ਇੱਥੇ ਰੱਖ ਹਨਾ ਜੀ ਹਾਂ ਰਿਲੇਟ ਕਰਦੇ ਹੁੰਦੇ ਸੀਗੇ ਲਾਈਕ ਮੈਂ ਕਿਹਾ ਯਾਰ ਉਸ ਬੰਦੇ ਨਾਲ ਪਿਕਚਰ ਕਰ ਰਹੇ ਹਾਂ ਅਸੀਂ ਹਨਾ ਯਾਨੀ ਕਿ ਰਣਬੀਰ ਕਪੂਰ ਦੀ ਰੌਕ ਸਟਾਰ ਔਰ ਤੁਸੀਂ ਰਣਬੀਰ ਕਪੂਰ ਦੀ ਫਿਲਮ ਕਰ ਰਹੇ ਹੋ ਮੈਂ ਉਹੀ ਸੀਗਾ ਮੈਂ ਕਿਹਾ ਯਾਰ ਰਣਬੀਰ ਕਪੂਰ ਨਾਲ ਮੂਵੀ ਕਰਨੀ ਆ ਹਨਾ ਮੈਂ ਤਾਂ ਲਾਈਕ ਐਕਸਾਈਟਮੈਂਟ ਸ਼ੋਅ ਨਹੀਂ ਕੀਤੀ ਐਵੇਂ ਕਹਾਂਗੇ ਅੰਦਰੋਂ ਬਹੁਤ ਐਕਸਾਈਟਮੈਂਟ ਸੀ ਕਿ ਯਾਰ ਹਾਂ ਵਧੀਆ ਹੋਊਗਾ ਸਾਰਾ ਕੁਛ ਜਦੋਂ ਤੁਹਾਨੂੰ ਰੋਲ ਦੱਸਿਆ ਗਿਆ ਨੈਰੇਸ਼ਨ ਹੋ ਗਈ ਕਿ ਤੁਹਾਡਾ ਸੰਗਰਾਮ ਸਿੰਘ ਦਾ ਰੋਲ ਹੈ ਸੰਗਰਾਮ ਸਿੰਘ ਦੀ ਮੁੱਛਾਂ ਦੇ ਤੇ ਤੁਹਾਡੀ ਹਾਈਟ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਸੰਗਰਾਮ ਸਿੰਘ ਏਦਾਂ ਦਾ ਹੋਣਾ ਚਾਹੀਦਾ ਤੇ ਕਹਿੰਦੇ ਕਾਸਟਿੰਗ ਜਦੋਂ ਕਰਦੇ ਕਾਫੀ ਸਰਚ ਵੀ ਹੁੰਦੀ ਹੈ ਤੇ ਡੈਵੀ ਗਰੇਵਾਲ ਪੂਰੀ ਕਹਿੰਦੇ ਸਾਂਚੇ ਵਿੱਚ ਫਿੱਟ ਹੋ ਗਏ ਹੈ ਹਾਂਜੀ ਐਕਚੁਲੀ ਕੀ ਹੋਇਆ ਮੈਂ ਐਕਚੁਲੀ ਜਿਹਨੂੰ ਮੀਟਿੰਗ ਸੀਗੀ ਮੈਂ ਉਦੋਂ ਪੱਗ ਬੰਨ ਕੇ ਗਿਆ ਸੀ ਤੇ ਐਕਚੁਲੀ ਠੀਕ ਹੈ ਮੈਂ ਥੀਏਟਰ ਟਾਈਮ ਦੇ ਵਿੱਚ ਹਰ ਤਰ੍ਹਾਂ ਦੇ ਕਰੈਕਟਰ ਨਿਭਾਏ ਨੇ ਹਨਾ ਜੀ ਭਾਵੇਂ ਉਹ ਸਿੱਖ ਜੈਂਟਲਮੈਨ ਦਾ ਹੋਵੇ ਭਾਵੇਂ ਮੁਸਲਿਮ ਹੋਵੇ ਜਾਂ ਕੁਛ ਵੀ ਹੈਗਾ ਤੇ ਮੈਨੂੰ ਇਹ ਸੀਗਾ ਕਿ ਸ਼ਾਇਦ ਇਹਨਾਂ ਨੂੰ ਮੇਰਾ ਸਰਦਾਰ ਕਰੈਕਟਰ ਅੱਛਾ ਲੱਗੂਗਾ ਸੋ ਮੈਂ ਫਸਟ ਮੀਟਿੰਗ ਤੇ ਗਿਆ ਪੱਗ ਬੰਨ ਕੇ ਤੇ ਮੈਂ ਸਰ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸੰਗਨਾ ਤੇਰਾ ਕਰੈਕਟਰ ਜੋ ਪਗੜੀ ਵੀ ਨਹੀਂ ਹੋਗਾ ਉਹਨਾਂ ਨੇ ਛੋਟੀ ਜਿਹੀ ਗੱਲ ਕੀਤੀ ਤੇ ਥੋੜਾ ਸਾ ਨਾ ਤੇਰੇ ਕੋ ਵੇਟ ਪੁੱਟ ਆਨ ਕਰਨਾ ਪਵੇਗਾ ਕਿ ਉਸਕੇ ਬੜੇ ਭਾਈ ਦਾ ਕਰੈਕਟਰ ਤੋ ਮੁੱਛਾਂ ਵਾਲਾ ਗੱਲ ਕਰਾਂ ਤੇ ਮੁੱਛਾਂ ਵਾਲੇ ਦੇ ਵਿੱਚ ਕੀ ਹੋਇਆ ਜੀ ਤੇ ਮੈਂ ਥੋੜਾ ਜਿਹਾ ਕੌਨਸ਼ੀਅਸ ਸੀਗਾ ਦਾੜੀ ਨੂੰ ਲੈ ਕੇ ਕਿਉਂਕਿ ਸਾਰੇ ਭਰਾ ਦਾੜੀਆਂ ਵਾਲੇ ਸੀਗੇ ਹਨਾ ਜੀ ਸੋ ਮੈਨੂੰ ਇਹ ਸੀਗਾ ਕਿ ਮੈਂ ਕੁਛ ਅਲੱਗ ਕਰਨਾ ਚਾਹੁੰਦਾ ਹਨਾ ਸੋ ਮੈਂ ਸਰ ਨੂੰ ਪੁੱਛਿਆ ਤੇ ਸਰ ਵੀ ਥੋੜੇ ਬਿਜ਼ੀ ਸੀਗੇ ਮੈਂ ਏਡੀ ਨੂੰ ਕਿਹਾ ਇੱਕ ਨੂੰ ਮੈਂ ਕਿਹਾ ਆਹ ਵਾਲੀ ਲੁੱਕ ਮੈਂ ਨਹੀਂ ਚਾਹੁੰਦਾ ਹੈਗਾ ਹਨਾ ਤੇ ਮੈਂ ਕੁਛ ਚੇਂਜ ਚਾਹੁੰਦਾ ਵਾਂ ਤੇ ਉਹ ਥੋੜੇ ਉਹ ਵੀ ਬਿਜ਼ੀ ਸੀ ਆਪਣਾ ਹਨਾ ਤੇ ਮੈਂ ਇੱਕ ਦਿਨ ਕੀ ਹੋਇਆ ਸਾਡਾ ਚਲੋ ਸਿਲੈਕਸ਼ਨ ਵਗੈਰਾ ਤਾਂ ਹੋ ਚੁੱਕੀ ਸੀ ਹਨਾ ਸਾਡੀਆਂ ਐਕਸ਼ਨ ਰਿਹਰਸਲ ਸੀਗੀਆਂ ਤੇ ਮੈਂ ਕੀ ਕੀਤਾ ਲੁੱਕ ਟੈਸਟ ਤੋਂ ਬਾਅਦ ਮੈਂ ਸ਼ਾਮ ਨੂੰ ਗਿਆ ਨਾਈ ਦੇ ਕੋਲ ਮੈਂ ਕਲੀਨ ਸ਼ੇਵ ਕਰਤੀ ਕਲੀਨ ਸ਼ੇਵ ਕਰਕੇ ਮੁੱਛਾਂ ਰੱਖ ਕੇ ਇੱਥੇ ਥੋੜੇ ਜਿਹੇ ਵਾਲ ਰੱਖ ਕੇ ਹਾਂ ਆਪਣੇ ਆਪ ਹੀ ਹਾਂ ਮੈਨੂੰ ਐਂ ਸੀ ਮੈਂ ਕਿਹਾ ਜ਼ਿਆਦਾ ਪਿਕਚਰ ਚ ਹੱਥੋਂ ਜਾਊਗੀ ਡਾਇਰੈਕਟਰ ਸਰ ਕਹਿ ਰਹੇ ਕਿ ਹਾਂ ਵੀ ਬਿਨਾਂ ਪੁੱਛੇ ਕਿਉਂ ਕੀਤਾ ਹਨਾ ਤੇ ਜਾਂ ਮੈਂ ਕਿਹਾ ਯਾਰ ਕੁਛ ਨਾ ਕੁਛ ਵਧੀਆ ਹੋਊਗਾ ਹਨਾ ਤੇ ਮੈਂ ਅਗਲੇ ਦਿਨ ਸਰ ਦੇ ਮੂਹਰੇ ਆ ਕੇ ਖੜਾ ਹੋ ਗਿਆ ਮੈਂ ਕਿਹਾ ਸਰ ਆਹ ਲੁੱਕ ਦੱਸੋ ਉਹ ਕਹਿੰਦੇ ਪਰਫੈਕਟ ਲੁੱਕ ਕਹਿੰਦੇ ਮੈਨੂੰ ਆਹੀ ਚੀਜ਼ ਚਾਹੀਦੀ ਸੀ ਸੋ ਮੈਨੂੰ ਉੱਥੋਂ ਸੈਟੀਸਫੈਕਸ਼ਨ ਲਓ ਚੀਜ਼ ਫਿੱਟ ਹੋ ਗਈ ਉੱਥੇ ਲਾਈਕ ਬਹੁਤ ਵਾਰੀ ਹੋਇਆ ਲਾਈਕ ਜਦੋਂ ਕੋਟ ਕੂਟ ਪਾ ਕੇ ਅਸੀਂ ਸ਼ੂਟ ਟਾਈਮ ਦੇ ਉੱਤੇ ਵੀ ਤੇ ਹੁਣ ਸਰ ਥੋੜੇ ਮੂਡੀ ਨੇ ਹਨਾ ਤੇ ਜਾਂ ਤਾਂ ਉਹ ਗੱਲ ਕਰਦੇ ਨਹੀਂ ਸੈੱਟ ਦੇ ਉੱਤੇ ਜੇ ਉਹ ਗੱਲਾਂ ਮਾਰਦੇ ਨੇ ਪੂਰੀਆਂ ਗੱਲਾਂ ਮਾਰਦੇ ਨੇ ਹਨਾ ਉਹਨਾਂ ਨੇ ਇੱਕ ਦੋ ਵਾਰੀ ਚਲੋ ਸਾਡਾ ਸ਼ੂਟ ਸੀਗਾ ਜਦੋਂ ਜੀਜਾ ਇਹਨੂੰ ਮਾਰਨ ਵਾਲਾ ਸੀਨ ਆ ਉਹਦੇ ਵਿੱਚ ਹਨਾ ਤੇ ਅਸੀਂ ਬੈਠੇ ਸੀਗੇ ਤੇ ਸਰ ਮੇਰੇ ਕੋਲ ਆਏ ਸੰਗਰਾਮ ਮਸਤ ਲੱਗ ਰਿਹਾ ਮੈਂ ਜੀ ਠੀਕ ਹੈ ਥੈਂਕ ਯੂ ਸਰ ਬੜਾ ਖੁਸ਼ੀ ਹੁੰਦੀ ਹੈ ਯਾਰ ਤੁਹਾਨੂੰ ਡਾਇਰੈਕਟਰ ਐਪਰੀਸ਼ੀਏਟ ਕਰ ਰਿਹਾ ਹਨਾ ਤੇ ਬਹੁਤ ਥਾਵੇਂ ਹੋਇਆ ਹਨਾ ਕਿ ਜਦੋਂ ਅਸੀਂ ਸਾਰੇ ਭਰਾ ਤਿਆਰ ਹੋ ਕੇ ਨਿਕਲਦੇ ਸੀਗੇ ਤਾਂ ਹਰੇਕ ਬੰਦੇ ਦੇ ਦਿਮਾਗ ਚ ਹੁੰਦੀ ਸੀ ਯਾਰ ਕਿਆ ਮੁੰਡੇ ਨੇ ਯਾਰ ਹਨਾ 6-6 ਫੁੱਟ ਕੱਦਾਂ ਵਾਲੇ ਮੁੰਡੇ ਨੇ ਹਨਾ ਸਾਰੀ ਸਮਾਰਟ ਸਮਾਰਟ ਪੱਗਾਂ ਵਾਲੇ ਮੁੰਡੇ ਨੇ ਹਨਾ ਮੁੱਛਾਂ ਵਾਲੇ ਮੁੰਡੇ ਨੇ ਪੰਜਾਬੀਆਂ ਨੇ ਪੂਰਾ ਗਾਹ ਪਾਇਆ ਹੋਇਆ ਸੀ ਹੈ ਨਾਲੇ ਗੋਲੀਆਂ ਵੀ ਚੱਲਦੀ ਸੀ ਜਦੋਂ ਚੱਲਦੇ ਸੀ ਇਕੱਠੇ ਭਰਾ ਸਾਰੇ ਹੈ ਹਾਂਜੀ ਹਾਂਜੀ ਈਵਨ ਕਿ ਕੀ ਹੋਇਆ ਇੱਕ ਅੱਧੀ ਵਾਰੀ ਚਲੋ ਥੋੜਾ ਜਿਹਾ ਹੁਣ ਹੋ ਹੀ ਜਾਂਦਾ ਜਦੋਂ ਹੋਟਲ ਵਗੈਰਾ ਚ ਰਹਿੰਦੇ ਆਏ ਸੀ ਹਨਾ ਇੱਕ ਦੋ ਵਾਰੀ ਥੋੜੇ ਜਿਹੇ ਇਸ਼ੂ ਜੇ ਹੋਏ ਤੇ ਕਿਸੇ ਨੇ ਸ਼ਿਕਾਇਤ ਕੀਤੀ ਕਿ ਵੀ ਜਿਹੜੇ ਕਜ਼ਨ ਹੈਗੇ ਨੇ ਥੋੜਾ ਤੰਗ ਕਰ ਰਹੇ ਨੇ ਹਨਾ ਤੇ ਸੰਦੀਪ ਸਰ ਦੀ ਮੀਟਿੰਗ ਸੀ ਕਹਿੰਦੇ ਯਾਰ 11 ਪੰਜਾਬੀ ਬੁਲਾਏ ਆ ਆਪ ਲੋਕੋ ਨੇ ਠੀਕ ਹੈ ਕੁਛ ਨਾ ਕੁਛ ਤਾਂ ਕਰੇਗੀ ਨਾ
ਤੋ ਕੈਰੇਕਟਰ ਅੰਦਰ ਚੱਲਦਾ ਸੀ ਸੋ ਉਹ ਚੀਜ਼ ਸੀਗੀ ਤੋ ਜੋ ਉੱਥੇ ਕੈਮਿਸਟਰੀ ਦੇਖੀ ਉਹ ਸਾਡੀ ਵੈਸੇ ਹੀ ਸੀਗੀ ਭਰਾਵਾਂ ਦੀ ਉਹ ਅਸੀਂ ਈਵਨ ਕਿ ਰਣਬੀਰ ਸਰ ਨਾਲ ਵੀ ਰਣਬੀਰ ਸਰ ਨੇ ਜਦੋਂ ਫ੍ਰੀ ਜੇ ਹੋਣਾ ਸਾਡੇ ਕੋਲ ਆ ਕੇ ਹਨਾ ਗੱਲਾਂ ਮਾਰਨ ਲੱਗ ਜਾਣੀਆਂ ਕਿ ਹਾਂ ਕਿਵੇਂ 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 ਨਹੀਂ ਉਹ ਬੜੇ ਵਧੀਆ ਜਿਹੇ ਇੰਸੀਡੈਂਟ ਸੀਗੇ ਉੱਥੇ ਹਾਂ ਬਹੁਤ ਪੁੱਛਾਂਗਾ ਕਿ ਜਦੋਂ ਕਾਸਟਿੰਗ ਹੋ ਗਈ ਤੁਹਾਨੂੰ ਦੱਸਤਾ ਵੀ ਸੰਗਰਾਮ ਸਿੰਘ ਦਾ ਰੋਲ ਇਹ ਹੈ ਔਰ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਾਂਗਾ ਪਹਿਲਾਂ ਮੈਂ ਦੱਸਦਾ ਜਿਹੜਾ ਕਾਲਾ ਕੋਟ ਐਵੇਂ ਨਹੀਂ ਪਾਇਆ ਇਹ ਅਰਨ ਕਰਨਾ ਪੈਂਦਾ ਇਹ ਵਕੀਲ ਵੀ ਨੇ ਜੀ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਚ ਵਕਾਲਤ ਕਰਦੇ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪਦਾਧਿਕਾਰੀ ਵੀ ਰਹੇ ਨੇ ਆਫਿਸ ਵੀਰੇ ਰਹੇ ਨੇ ਤਾਂ ਲਾਅ ਕੀਤੀ ਹੋਈ ਹੈ ਔਰ ਡਬਲ ਇਹ ਬੈਨੀਫਿਟ ਹੋ ਜਾਂਦਾ ਹੈ ਕਿ ਐਕਟਰ ਵੀ ਤੇ ਲਾਅ ਵੀ ਵਕਾਲਤ ਵੀ ਉਸ ਗੱਲ ਤੋਂ ਬਾਅਦ ਚ ਆਵਾਂਗਾ ਜਦੋਂ ਰਣਬੀਰ ਕਪੂਰ ਨਾਲ ਬੈਠੇ ਸ਼ੂਟਿੰਗ ਦਾ ਕਿੱਸਾ ਕੋਈ ਇਹੋ ਜਿਹਾ ਬੌਬੀ ਦਿਓਲ ਨਾਲ ਅਨਿਲ ਕਪੂਰ ਬੈਠੇ ਨੇ ਰਣਬੀਰ ਕਪੂਰ ਨਾਲ ਬੈਠੇ ਰੋਟੀ ਖਾ ਰਹੇ ਹਾਂ ਜੀ ਅਸੀਂ ਗੱਲਾਂ ਚੱਲ ਰਹੀਆਂ ਨੇ ਨਹੀਂ ਛੋਟੀਆਂ ਛੋਟੀਆਂ ਗੱਲਾਂ ਅਲੇਕ ਨਾ ਬਹੁਤ ਐਕਚੁਲੀ ਕੀ ਹੁੰਦਾ ਕਿ ਇੱਕ ਚੀਜ਼ ਦੱਸਦਾ ਜਿੱਦਣ ਉਹਦੇ ਵਿੱਚ ਸੀਨ ਇੱਕ ਫਰੈਡੀ ਵਾਲਾ ਜਿੱਥੇ ਉਹ ਕਹਿੰਦੇ ਕਿ ਜਿੱਥੇ ਇੰਟਰੋਡਕਸ਼ਨ ਹੁੰਦੀ ਹੈ ਐਨੀਮਲ ਦੀ ਟਾਈਟਲ ਦੀ ਤੇ ਹੁਣ ਉੱਥੇ ਕੀ ਸੀਗਾ ਖਾਣਾ ਖਾਣਾ ਸੀਗਾ ਚੌਲ ਤੇ ਦਾਲ ਮੰਗਾਏ ਹਨਾ ਤੇ ਓਬਵੀਅਸ ਗੱਲ ਸਾਰੇ ਹਨਾ ਕਿ ਉਸ ਸੈੱਟ ਤੇ ਸਵੇਰ ਦੇ ਸ਼ੂਟ ਕਰ ਰਹੇ ਸੀ ਭੁੱਖ ਲੱਗੀ ਸਾਰਿਆਂ ਨੂੰ ਤੇ ਉੱਤੋਂ ਰਣਬੀਰ ਕਪੂਰ ਸਰ ਨਾਲ ਅਸੀਂ ਰੋਟੀ ਖਾ ਰਹੇ ਹਾਂ ਹਨਾ ਸੋ ਜਦੋਂ ਉਹਨਾਂ ਨੇ ਚੌਲ ਚੂਲ ਪਾਏ ਮੈਂ ਕਿਹਾ ਯਾਰ ਮੇਰੇ ਨਾਲ ਦਾ ਦੋਸਤ ਵੀ ਅਮਨਜੋਤ ਮੁੰਡਾ ਹਨਾ ਮੈਂ ਕਿਹਾ ਯਾਰ ਰਣਬੀਰ ਕਪੂਰ ਨਾਲ ਰੋਟੀ ਖਾ ਰਹੇ ਖੜ ਕੇ ਮੂਵਮੈਂਟ ਸੀਗਾ ਭਾਵੇਂ ਸ਼ੂਟ ਦਾ ਹੀ ਇੱਕ ਮੂਵਮੈਂਟ ਸੀ ਬਟ ਉਹ ਚੀਜ਼ ਬਹੁਤ ਅੱਛੀ ਸੀ ਇੱਕ ਵਾਰੀ ਮੈਂ ਤੁਹਾਨੂੰ ਉਹ ਦੱਸਦਾ ਬੌਬੀ ਸਰ ਨੂੰ ਮੈਂ ਘਰੇ ਮਿਲ ਕੇ ਆਇਆ ਸੀਗਾ ਹਨਾ ਜੀ ਬੌਬੀ ਮਿਲਣ ਗਿਆ ਮੁੜ ਕੇ ਲੇਕਿਨ ਮੈਨੂੰ ਸਭ ਤੋਂ ਅੱਛੀ ਚੀਜ਼ ਲੱਗੀ ਧਰਮਿੰਦਰ ਸਰ ਜਿਹੜੇ ਪੰਜਾਬੀ ਚ ਗੱਲ ਕਰ ਰਹੇ ਨੇ ਠੀਕ ਹੈ ਬੌਬੀ ਸਰ ਮੈਨੂੰ ਗੇਟ ਤੱਕ ਛੱਡਣ ਆਏ ਹਨਾ ਕਿ ਦਵਿੰਦਰ ਕੀ ਲੇਕਿਨ ਅੱਛਾ ਲੱਗਾ ਹਨਾ ਕਿ ਮੇਰੇ ਕੋਲ ਬਤਾਇਆ ਗਿਆ ਕਿ ਉਦੋਂ ਉਹਨਾਂ ਦਾ ਸ਼ੂਟ ਹੋ ਕੇ ਆ ਗਿਆ ਸੀਗਾ ਇੰਗਲੈਂਡ ਤੋਂ ਆ ਗਏ ਸੀ ਉਹ ਤੇ ਉਹਨਾਂ ਨੇ ਬਹੁਤ ਅੱਛਾ ਡੀਲ ਕੀਤਾ ਮੈਨੂੰ ਤੇ ਰਸ਼ਮਿਕਾ ਮੈਮ ਨਾਲ ਤੁਹਾਨੂੰ ਮੈਂ ਦੱਸਦਾ ਇੱਕ ਵਾਰੀ ਆਹੋ ਜ਼ਰੂਰ ਦੱਸੋ ਅਸੀਂ ਕਿੱਸਾ ਸੁਣਨਾ ਹੈ ਮੈਂ ਤੁਹਾਨੂੰ ਦੱਸਦਾ ਕਿ ਲਾਈਕ ਇੱਕ ਸੀਨ ਹੈ ਲਾਸਟ ਦੇ ਉੱਤੇ ਜਦੋਂ ਉਹਦੇ ਪਾਪਾ ਦਾ ਥੋੜਾ ਜਿਹਾ ਉਹ ਚੱਲ ਰਿਹਾ ਹੁੰਦਾ ਹਨਾ ਕਿ ਉਹਨਾਂ ਨੂੰ ਬਿਮਾਰੀ ਹੈਗੀ ਹੈ ਜਾਂ ਕੁਛ ਵੀ ਹੈਗਾ ਰੋਣ ਦਾ ਸੀਨ ਹੈ ਹੁਣ ਉਹਦੇ ਵਿੱਚ ਸਰ ਨੇ ਇੱਕ ਦੀਵਾਲੀ ਦਾ ਸੀਨ ਕ੍ਰੀਏਟ ਕੀਤਾ ਸੀਗਾ ਕਿ ਸਾਰਿਆਂ ਨੇ ਆਪਣੇ ਦੀਵਾਲੀ ਵਾਲੇ ਕੱਪੜੇ ਪਾਉਣੇ ਤੇ ਮੇਰੀ ਜਿਹੜੀ ਕੋਸਟਿਊਮ ਸੀਗੀ ਉਹ ਚਾਦਰੀ ਕੁੜਤੇ ਦੇ ਵਿੱਚ ਸੀ ਤੇ ਉਹ ਆਪਣੇ ਪੰਜਾਬੀਆਂ ਦੇ ਚਾਦਰੀ ਕੁੜਤੇ ਤੁਹਾਨੂੰ ਪਤਾ ਹੀ ਨੇ ਹਨਾ ਤੇ ਰਣਬੀਰ ਸਰ ਦੀ ਵੀ ਲੁਕੋ ਹੋਈ ਚੀਜ਼ ਬਹੁਤ ਪਸੰਦ ਕੀਤੀ ਤੇ ਮੈਂ ਮੁੱਛਾਂ ਮਾਛਾਂ ਚਾੜ ਕੇ ਹਨਾ ਜੀ ਟਿੱਕਾ ਲੱਗਿਆ ਹੋਇਆ ਮੇਰੇ ਲਾਲ ਰੰਗ ਦਾ ਤੇ ਚਿੱਟਾ ਚਾਦਰਾ ਕੁੜਤਾ ਮੇਰੇ ਪਾਇਆ ਹੋਇਆ ਪੰਜਾਬੀ ਜੁੱਤੀ ਪਾਈ ਹੋਈ ਤੇ ਮੈਂ ਜਾ ਰਿਹਾ ਹਨਾ ਤੇ ਰਸ਼ਮਿਕਾ ਮੈਮ ਖੜੇ ਸੀ ਗੇਟ ਦੇ ਉੱਤੇ ਤੇ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਨਾ ਮੈਨੂੰ ਕਿਰਕੈਦ ਕਰਦੇ ਐਂ ਜੇ ਕਰੇ ਜਿਵੇਂ ਕਰਦੇ ਹਨ ਕਿ ਨਜ਼ਰ ਨਾ ਲੱਗਦੇ ਮੈਂ ਨਾ ਨਾਲ ਦੇ ਨੂੰ ਗਿਆ ਮੈਂ ਕਿਹਾ ਬਾਈ ਜੀ ਆਪਣੇ ਪੈਸੇ ਪੂਰੇ ਹੋ ਗਏ ਮੈਂ ਕਿਹਾ ਜੀ ਨੈਸ਼ਨਲ ਕ੍ਰੈਸ਼ ਦੇ ਸਾਨੂੰ ਏਦਾਂ ਕਹਿਤਾ ਹਨਾ ਸੋ ਲਾਈਕ ਉਹ ਚੀਜ਼ ਮੇਰੇ ਵਾਸਤੇ ਇੰਨੀ ਕੁ ਘੈਂਟ ਸੀ ਮੈਂ ਤਾਂ ਦੋ ਦਿਨ ਬਸ ਇਹੀ ਕਹਿ ਰਿਹਾ ਮੈਂ ਕਿਹਾ ਠੀਕ ਹੈ ਰਸ਼ੀ ਗੱਲ ਏਦਾਂ ਗੱਲ ਕੀਤੀ ਮਾੜੀ ਮੋਟੀ ਗੱਲ ਦੱਸ ਰਹੀ ਹੈ ਹਨਾ ਸੋ ਉਹ ਚੀਜ਼ ਮੇਰੇ ਵਾਸਤੇ ਬਹੁਤ ਅੱਛੀ ਸੀਗੀ ਤੇ ਅਨਿਲ ਸਰ ਨਾਲ ਬੈਠੇ ਅਸੀਂ ਡਿਸਕਸ ਕੀਤਾ ਉਹਨਾਂ ਨੇ ਪੁੱਛਿਆ ਸਾਨੂੰ ਹਨਾ ਕਿ ਕਿਵੇਂ ਚੱਲਦਾ ਤੁਹਾਡੀ ਇੰਡਸਟਰੀ ਚ ਕਿਵੇਂ ਹੈਗਾ ਇੱਥੇ ਕਿਵੇਂ ਹੈਗਾ ਸੋ ਬਹੁਤ ਅੱਛੀਆਂ ਚੀਜ਼ਾਂ ਸੀ ਬਿਲਕੁਲ ਤੇ ਜਿਹੜਾ ਫੇਮਸ ਡਾਇਲੋਗ ਤੁਹਾਡੇ ਬੜੇ ਨੇ ਉਹਦੇ ਚ ਹੈ ਨਾ ਸੰਗਰਾਮ ਸਿੰਘ ਦੇ ਜਦੋਂ ਸੰਗਰਾਮ ਸਿੰਘ ਆਪਣੇ ਡਾਇਲੋਗ ਬੋਲਦਾ ਹੁੰਦਾ ਸੀ ਆਵਾਜ਼ ਦੋ ਬੁਲੰਦ ਇੱਕ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰੋ ਡਾਇਲੋਗ ਤਾਂ ਮੈਂ ਦਿਲ ਤਾਂ ਬਹੁਤ ਹੈ ਸੁਣਾਉਂਦਾ ਪਰ ਇੱਕ ਦੋ ਤੁਹਾਡੇ ਫੇਵਰੇਟ ਕਿਹੜਾ ਨੇ ਇੱਕ ਆ ਸੰਦੀਪ ਸਰ ਦੀ ਖਾਸੀਅਤ ਹੈ ਇੱਕ ਮੈਂ ਤੁਹਾਨੂੰ ਐਵੇਂ ਗੱਲ ਕਹਾਂ ਕਿ ਉਹ ਨਾ ਸਾਇਲੈਂਸ ਦੇ ਉੱਤੇ ਖੇਡਦੇ ਨੇ ਤੇ ਹੁਣ ਇੱਕ ਸੀਨ ਸੀਗਾ ਕਿ ਮੈਂ ਰਸ਼ੀਅਨਸ ਵਗੈਰਾ ਲੈ ਕੇ ਬੈਠਾ ਹਨਾ ਤੇ ਉਹ ਡਾਇਲੋਗ ਮੇਰੇ ਥੋੜੇ ਸੀਗੇ ਉਹਦੇ ਵਿੱਚ ਤੇ ਮੇਰੇ ਘੱਟ ਡਾਇਲੋਗ ਸੀ ਦੂਜੇ ਬੰਦਿਆਂ ਦੇ ਡਾਇਲੋਗ ਕਰਕੇ ਮੈਂ ਮਸ਼ਹੂਰ ਹੋਇਆ ਤੇ ਉਹ ਰਣਬੀਰ ਸਰ ਕਹਿੰਦੇ ਨੇ ਕਿ ਬਈ ਕਿਸ ਕਿਸ ਕੋ ਆਦਤ ਹੈ ਇਹ ਚੀਜ਼ਾਂ ਕੀ ਹਨਾ ਤੇ ਉਹ ਕਹਿੰਦੇ ਸੰਗਰਾਮ ਭਾਈ ਸਨੀ ਔਰ ਗੁਰੂ ਹਨਾ ਤੇ ਉਹ ਕਹਿੰਦਾ ਤੀਨ ਬੰਦੇ ਹੈ ਜੇ ਤੋ
ਚਾਰ ਰਸ਼ਨ ਕਿਉਂ ਹੈ? ਤਾਂ ਦੋਸਤ ਨਾਲ ਦਾ ਭਰਾ ਕਹਿੰਦਾ, ਕਹਿੰਦਾ ਸੰਗਰਾਮ ਬਾਈ ਕੋ ਦੋ ਲਗਤੀ ਹੈ। ਉਹ ਸੀਨ, ਉਹ ਡਾਇਲੋਗ ਕਿਸੇ ਹੋਰ ਨੇ ਬੋਲਿਆ, ਬਟ ਉਹਨੇ ਮੈਨੂੰ ਇੰਨਾ ਕੁ ਪਾਪੂਲਰ ਕੀਤਾ ਕਿ ਹਾਂ ਵੀ ਕਿ ਇੱਕ ਤੁਹਾਡੀ ਪਰਸਨੈਲਿਟੀ ਉਹ ਸ਼ੋਅ ਹੁੰਦੀ ਹੈ ਹਨਾ। ਸੋ ਉਹ ਚੀਜ਼ ਮੈਨੂੰ ਸਭ ਤੋਂ ਸੰਦੀਪ ਸਰ ਦੀ ਵੀ ਅੱਛੀ ਲੱਗੀ। ਇੱਕ ਸਭ ਤੋਂ ਵਧੀਆ ਸੀਨ ਮੈਨੂੰ ਲੱਗਿਆ ਸੀ ਜਦੋਂ ਪਿੰਡ ਦੇ ਵਿੱਚ ਆਉਂਦਾ, ਉਹਨਾਂ ਜੀਪ ਤੇ ਐਂਟਰੀ ਕਰਵਾਈ ਮੇਰੀ, ਮੇਰੇ ਵਾਸਤੇ ਉਹ ਬਹੁਤ ਵਧੀਆ ਮੂਮੈਂਟ ਸੀਗਾ। ਸੰਦੀਪ ਸਰ ਕਹਿੰਦੇ ਐਸੇ ਕਰੇਗਾ ਸੰਗਰਾਮ, ਤੂੰ ਜੀਪ ਮੈਂ ਆਏਗਾ ਉਤਰੇਗਾ ਔਰ ਬੋਲੇਗਾ ਹਾਂ ਉਹ ਕੀ ਪਥੂੜੀ ਪੈ ਗਈ, ਬੂਟਾ ਮੈਨੂੰ ਬਾਰ ਬਾਰ ਕਾਲ ਕਰੀ ਜਾਂਦਾ ਹਨਾ, ਉਹ ਵਾਲਾ ਡਾਇਲੋਗ ਸੀਗਾ। ਤੇ ਉਹਦੇ ਰਣਵੀਰ ਸਰ ਦੇ ਜਦੋਂ ਮੋਢੇ ਤੇ ਆ ਕੇ ਹੱਥ ਰੱਖਦਾ, ਕੌਣ ਆ ਤੂੰ, ਕੀ ਕਰ ਰਿਹਾ ਇੱਥੇ? ਕਹਿੰਦਾ ਬਲਵੀਰ ਸਿੰਘ ਦਾ ਮੁੰਡਾ। ਉਹ ਮੈਂ ਕੌਣ ਬਲਵੀਰ ਸਿੰਘ? ਉਹ ਕਹਿੰਦਾ ਆਪਣਾ ਚਾਚਾ ਬਲਵੀਰ ਸਿੰਘ। ਅੱਛਾ, ਕਹਿੰਦਾ ਉਹਨੂੰ ਤਾਂ ਗੋਲੀ ਲੱਗੀ ਸੀ, ਤੂੰ ਇੱਥੇ ਹੀ ਕਰਦਾ? ਕਿਉਂਕਿ ਉਹ ਮੂਮੈਂਟ ਮੇਰੇ ਵਾਸਤੇ ਇੰਨਾ ਸੀਗਾ ਕਿ ਮੈਂ ਫੰਬਲ ਕਰ ਰਿਹਾ ਸੀ ਉੱਥੇ। ਰਣਵੀਰ ਸਰ ਕਹਿੰਦੇ ਕੀ ਗੱਲ ਹੋਈ? ਮੈਂ ਕਿਹਾ ਸਰ ਆਪਕੇ ਕੰਧੇ ਪੇ ਹੱਥ ਰੱਖਣਾ ਮੇਰੇ ਲਈ ਬਹੁਤ ਬੜੀ ਬਾਤ ਹੈ। ਉਹਨੇ ਕਿਹਾ ਬਾਤ ਕਰ ਰਿਹਾ ਤੂੰ ਸੰਗਰਾਮ ਕਰ, ਕੋਈ ਬਾਤ ਨਹੀਂ। ਉਹਨਾਂ ਨੇ ਬਹੁਤ ਕੰਫਰਟੇਬਲ ਕੀਆ ਮੈਨੂੰ। ਲਾਈਕ ਉਹ ਚੀਜ਼ ਕੁਛ ਕੁਛ ਮੂਮੈਂਟ ਹੁੰਦੇ ਆ ਆਪਾਂ ਪਿਕਚਰ ਦੇ ਵਿੱਚ ਲੱਗਦਾ ਹਨਾ, ਉਹਦੇ ਵਿੱਚ ਹਰੇਕ ਨੇ ਕਿਹਾ ਕਿ ਯਾਰ ਤੂੰ ਰਣਵੀਰ ਕਪੂਰ ਦੇ ਮੋਢੇ ਤੇ ਹੱਥ ਰੱਖ ਰਿਹਾ ਹਨਾ, ਬਟ ਉਹ ਜਿਹੜੀ ਸਿਚੁਏਸ਼ਨ ਸੀ ਉਹ ਮੈਨੂੰ ਪਤਾ ਹੈ ਹਾਂ ਕਿ ਕਿਵੇਂ ਹੈਂਡਲ ਕੀਤੀ ਆ ਉਹ ਚੀਜ਼। ਤੇ ਐਕਸਾਈਟਮੈਂਟ ਵੀ ਹੁੰਦੀ ਹੈ ਤੁਹਾਨੂੰ ਹਨਾ, ਤੁਹਾਨੂੰ ਇੱਕ ਇਹ ਹੁੰਦਾ ਕਿ ਯਾਰ ਏਡੇ ਵੱਡੇ ਕਲਾਕਾਰ ਦੇ ਮੋਢੇ ਤੇ ਹੱਥ ਰੱਖ ਕੇ ਤੁਸੀਂ ਕਹਿ ਰਹੇ ਹੋ। ਸੋ ਉਹ ਲੋਕਾਂ ਨੇ ਵੀ ਪਸੰਦ ਆਈ। ਸਭ ਤੋਂ ਵੱਡੀ ਚੀਜ਼ ਉਹਦੇ ਵਿੱਚ ਕੀ ਸੀ? ਉਹ ਡਾਇਲੋਗ ਮੈਂ ਪੰਜਾਬੀ ਚ ਬੋਲਿਆ ਸੀ ਤੇ ਲੋਕਾਂ ਨੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ, ਕਹਿੰਦਾ ਯਾਰ ਸਭ ਤੋਂ ਵੱਡੀ ਚੀਜ਼ ਤੂੰ ਪੰਜਾਬੀ ਚ ਡਾਇਲੋਗ ਬੋਲੇ ਉੱਥੇ ਆਪਣੇ ਪੰਜਾਬ ਦੇ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ। ਹਾਂਜੀ, ਕੁਝ ਐਸੀ ਚੀਜ਼ਾਂ ਜਿਹੜੀ ਸ਼ੂਟਿੰਗ ਦੇ ਦੌਰਾਨ ਕਾਫੀ ਨਾ ਕਹਿੰਦੇ ਨੇ ਕਿ ਇੱਕ ਯਾਦਾਸ਼ਤ ਬਣ ਜਾਂਦੀ ਹੈ ਨਾ ਯਾਦਾਂ। ਸ਼ੂਟਿੰਗ ਅਲੱਗ ਹੈ, ਸਟਾਰ ਕਾਸਟ ਚੱਲ ਰਹੀ ਹੈ, ਸਕ੍ਰਿਪਟ ਹੈਗੀ ਹੈ, ਲੇਕਿਨ ਜਿਹੜੇ ਇੱਕ ਬੌਂਡਿੰਗ ਹੋ ਜਾਂਦੀ ਹੈ ਕਿ ਹੁਣ ਰਣਵੀਰ ਕਪੂਰ ਮਿਲੇਗਾ ਤੁਹਾਨੂੰ ਦੇਖਦੇ ਲੱਗਦਾ ਵੀ ਚਲੋ ਜੱਫੀ ਪਾ ਲੇਗਾ। ਕੁਛ ਇਹੋ ਜਿਹੀ ਚੀਜ਼ਾਂ ਹੈਗੀਆਂ ਵੀ ਜਿਹਦੇ ਰਣਵੀਰ ਕਪੂਰ ਤੁਹਾਡੀ ਗੱਲ ਹੋ ਰਹੀ ਹੋ ਕਿ ਸੰਗਰਾਮ ਜਾਂ ਡੈਵੀ ਕੀ ਹਾਲ ਹੈ ਜਾਂ ਕੁਛ ਐਸੀ ਗੱਲ ਹੋਰ ਕੀ ਚੱਲ ਰਿਹਾ ਘਰੇ ਸਭ ਠੀਕ, ਏਦਾਂ ਹੁੰਦੀਆਂ ਨਾ ਗੱਲਾਂ? ਬਹੁਤ ਚੀਜ਼ਾਂ ਸੀਗੀਆਂ। ਲਾਈਕ ਅਸੀਂ ਚਲੋ ਸ਼ੂਟ ਟਾਈਮ ਦੇ ਉੱਤੇ ਹਨਾ ਉੱਤੇ ਖੱਪ ਖਾਂਦੀ ਪਾਉਂਦੇ ਰਹਿੰਦੇ ਹੁੰਦੇ ਸੀ, ਅਸੀਂ 11 ਪੱਕਾ ਕੀਤੀ ਹੋਣੀ, ਸਭ ਤੋਂ ਵੱਧ ਕਰਦੇ ਹੁੰਦੇ ਸੀ ਅਸੀਂ। ਉਹ ਜਦੋਂ ਅਨਿਲ ਕਪੂਰ ਸਰ ਦਾ ਉਹ ਸੀਨ ਹੈ ਹਨਾ, ਜਦੋਂ ਉਹਨਾਂ ਨੂੰ ਗੋਲੀ ਲੱਗਦੀ ਹੈ ਤੇ ਉਹ ਲਾਸ਼ ਪਈ ਹੁੰਦੀ ਹੈ ਕੈਲਾਸ਼ ਜੀ ਦੀ, ਤੇ ਉਹ ਸੀਨ ਸੀਗਾ। ਹੁਣ ਸੰਦੀਪ ਸਰ ਨੇ ਆਪਣੇ ਰਣਵੀਰ ਸਰ ਨੇ ਦੇਣਾ ਸੀਗਾ ਡਾਇਲੋਗ, ਪੂਰਾ ਇੰਟੈਂਸ ਲੁੱਕ ਦੇ ਵਿੱਚ ਚੀਜ਼ ਸੀ। ਹੁਣ ਅਸੀਂ ਖੜੇ ਮਜ਼ਾਕ ਕਰ ਰਹੇ ਹਾਂ, ਉੱਥੇ ਲਾਸ਼ ਪਈ ਹੈ, ਉਹ ਇੱਕ ਡਾਇਲੋਗ ਸੀ ਪਿਕਚਰ ਦਾ, ਉਹ ਕਹਿੰਦਾ ਇਹ ਲਾਸ਼ ਇਹ ਉੱਠਣਾ ਤੇਰੇ ਤੋਂ ਮਾਫ਼ੀ ਮੰਗਣੀ ਹੈ ਹਨਾ, ਤੇ ਰਣਵੀਰ ਸਰ ਦਾ ਹਾਸਾ ਨਿਕਲ ਗਿਆ ਉੱਥੇ। ਉਹ ਕਹਿੰਦੇ ਯਾਰ ਪਲੀਜ਼ ਚੁੱਪ ਕਰ ਦਿਓ, ਮੈਨੂੰ ਕਰ ਲੈਣ ਦਿਓ ਹਨਾ। ਸੋ ਉਹ ਚੀਜ਼ ਹੋਈ ਰਣਵੀਰ ਸਰ ਨੇ ਜਦੋਂ ਵੀ ਮਿਲਣਾ। ਸਕਸੈਸ ਪਾਰਟੀ ਦੀ ਗੱਲ ਹੈ, ਸਕਸੈਸ ਪਾਰਟੀ ਤੇ ਮੈਨੂੰ ਆ ਕੇ ਉਹਨਾਂ ਨੇ ਜੱਫੀ ਪਾਈ, ਮੇਰੇ ਹਿਸਾਬ ਨਾਲ 20-30 ਸਕਿੰਟ ਉਹਨਾਂ ਨੇ ਮੈਨੂੰ ਛੱਡਿਆ ਨੀ ਜੱਫੀ ਪਾ ਕੇ ਹਨਾ। ਸੋ ਮੇਰੇ ਵਾਸਤੇ ਉਹ ਬੜੀ ਵਧੀਆ ਚੀਜ਼ ਸੀਗੀ। ਤੇ ਹੋਰ ਛੋਟੀਆਂ ਚੀਜ਼ਾਂ ਜਦੋਂ ਵੀ ਮਿਲਣਾ ਉਹਨੇ ਕਹਿਣਾ ਡਾਊਨ, ਜਦ ਉਦੋਂ ਮੇਰੀ ਦਾੜੀ ਆ ਗਈ ਸੀਗੀ ਹਨਾ, ਜਦੋਂ ਟ੍ਰੇਲਰ ਆਪਣੇ ਲਾਂਚ ਹੋਇਆ ਟ੍ਰੇਲਰ, ਉਹ ਦਾੜੀ ਆਈ ਹੋਈ ਸੀ ਮੇਰੀ, ਤੇ ਸੰਗਰਾਮ ਜੀ ਤੇਰੀ ਦਾੜੀ ਅਸਲੀ ਹੈ? ਮੈਂ ਕਿਹਾ ਹਾਂਜੀ ਸਰ ਮੇਰੀ ਅਸਲੀ ਦਾੜੀ ਹੈ, ਮੈਂ ਭੇਜਾ ਨਕਲੀ ਦਾੜੀ ਲਾ ਕੇ ਥੋੜੀ ਫਿਰੂਗਾ। ਅੱਛਾ ਅੱਛਾ, ਕਹਿੰਦੇ ਠੀਕ ਹੈ ਠੀਕ ਹੈ, ਬਲਕਿ ਉਹ ਇੱਦਾਂ ਦੇ ਬੰਦੇ ਨੇ, ਬਲਕਿ ਠੀਕ ਹੈ ਨੀ ਕਿ ਹਾਂ ਮਜ਼ਾਕ ਵੀ ਕਰਨਾ, ਬੜਾ ਬਹੁਤ ਤਰੀਕੇ ਨਾਲ ਕੋ ਆਰਟਿਸਟ ਨੂੰ ਡੀਲ ਕਰਦੇ ਨੇ। ਜਦੋਂ ਫਿਲਮ ਰਿਲੀਜ਼ ਹੋਈ ਘਰ ਵਾਲੇ ਤਾਂ ਜਾਂਦੇ ਆ ਦੇਖਣ, ਮੁੰਡਾ ਕੀ ਕਰਕੇ ਆਇਆ ਉਹ ਜ਼ਰੂਰ ਦੱਸੋ। ਚਲੋ ਮੇਰਾ ਜਿੱਦਾਂ ਦਾ ਕਰੈਕਟਰ ਸੀਗਾ ਹਨਾ, ਸੋ ਚਲੋ ਪਿਕਚਰ ਦੇਖਿਆ ਇਹ ਸਾਰੇ, ਮੈਂ ਭਾਬੀ ਨੂੰ ਪੁੱਛਿਆ ਹੁਣ ਠੀਕ ਹੈ ਭਰਾ ਭਾਬੀ ਹੁਣਾਂ ਨੂੰ ਤਾਂ ਚਲੋ ਸਾਰੀਆਂ ਚੀਜ਼ਾਂ ਪਤਾ, ਮੈਂ ਭਾਬੀ ਨੂੰ ਇਹ ਪੁੱਛਿਆ, ਮੈਂ ਕਿਹਾ ਭਾਬੀ ਮੰਮੀ ਦੇ ਕੀ ਰਿਐਕਸ਼ਨ ਸੀਗੇ ਜਦੋਂ ਦੇਖਣਗੇ? ਉਹ ਫਸਟ ਡੇ ਫਸਟ ਸ਼ੋਅ ਦੇਖਣਗੇ, ਸਵੇਰੇ 8:30 ਵਜੇ ਦਾ ਉਹਨਾਂ ਦਾ ਸ਼ੋਅ ਦਾ ਟਾਈਮ ਸੀ।
ਤੇ ਭਾਬੀ ਕਹਿੰਦੇ ਕਿ ਚਲੋ ਜਦੋਂ ਆਉਂਦਾ ਸੀਗਾ ਵੀ ਏਦਾਂ ਦਾ ਸੀਨ ਹਨਾ, ਤੇ ਹੁਣ ਸਾਡੀਆਂ ਮਾਵਾਂ ਵਿਚਾਰੀਆਂ ਠੀਕ ਹੈ ਇੰਨੀਆਂ ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ ਹਨਾ, ਤੇ ਆਪਣੀ ਸੋਸਾਇਟੀ ਉੱਦਾਂ ਦੀ ਹਨਾ, ਤੇ ਮੰਮੀ ਕਹਿੰਦੇ ਕਹਿੰਦੇ ਚੁੰਨੀ ਨਾਲ ਲੈ ਮੂੰਹ ਢੱਕ ਲੈਂਦੇ ਸੀ ਮੰਮੀ, ਤੇ ਕੀ ਹੈ ਨਾ ਵੀ ਕੀ ਕਿੱਦਾਂ ਦੇ ਹੈਗੇ ਆ ਡਾਇਲੋਗ, ਬਟ ਠੀਕ ਹੈ ਉਹਨਾਂ ਮੈਨੂੰ ਕਿਸੇ ਨੇ ਜੱਜ ਨਹੀਂ ਕੀਤਾ, ਜਾਂ ਓਬਵੀਅਸ ਜੀ ਗੱਲ ਹੈ ਉਹਨਾਂ ਨੂੰ ਪਤਾ ਕਿ ਸਾਡਾ ਮੁੰਡਾ ਕਰੈਕਟਰ ਦੀ ਗੱਲ ਆਜ਼ਾਦ ਖਿਆਲਾਂ ਦੇ ਰਹੇ ਹਾਂ ਜੀ, ਸ਼ੁਰੂ ਤੋਂ ਕਦੇ ਵੀ ਨਹੀਂ ਰਿਹਾ ਸਾਨੂੰ ਕਿਸੇ ਮਾਂ ਪਿਓ ਨੇ ਕਦੇ ਰੋਕ ਟੋਕ ਕੀਤੀ ਹੀ ਨਹੀਂ। ਅੱਛਾ ਡੈਵੀ ਜੀ, ਇਹ ਤਾਂ ਹੋ ਗਿਆ ਕਿ ਤੁਸੀਂ ਕਿਉਂਕਿ ਆਰਟਿਸਟ ਪਹਿਲਾਂ ਥੀਏਟਰ ਕਰਦੇ ਰਹੇ ਹੋ, ਕੁਛ ਮੂਵੀਜ਼ ਵੀ ਇੱਥੇ ਕੀਤੀਆਂ ਨੇ, ਬੰਬੇ ਬੇਸ ਤੁਸੀਂ ਆਲਰੇਡੀ ਰੱਖਿਆ ਹੋਇਆ ਆਪਣਾ, ਲੇਕਿਨ ਹਮੇਸ਼ਾ ਇੱਕ ਸਵਾਲ ਵੀ ਆਉਂਦਾ ਕਿ ਇੱਥੇ ਇੰਡਸਟਰੀ ਅਤੇ ਬਾਲੀਵੁੱਡ 'ਚ ਬਹੁਤ ਫਰਕ ਹੈ, ਪ੍ਰੋਫੈਸ਼ਨਲਿਜ਼ਮ ਦੀ ਗੱਲ ਹੈ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਐਜ਼ ਏ ਆਰਟਿਸਟ? ਐਕਚੁਲੀ ਦੋ ਚੀਜ਼ਾਂ ਨੇ ਜੀ, ਐਕਚੁਲੀ ਬੰਬੇ ਦੇ ਵਿੱਚ ਜੋ ਚੀਜ਼ ਚੱਲਦੀ ਹੈ ਉਹ ਬਹੁਤ ਪ੍ਰੋਫੈਸ਼ਨਲ ਨੇ, ਠੀਕ ਹੈ ਜੀ, ਪੰਜਾਬੀ ਇੰਡਸਟਰੀ ਚਲੋ ਹਜੇ ਗਰੋ ਕਰ ਰਹੀ ਹੈ ਬਟ ਇੱਥੇ ਥੋੜ੍ਹੀ ਅਨਪ੍ਰੋਫੈਸ਼ਨਲਿਜ਼ਮ ਹੈਗਾ, ਐਵੇਂ ਗੱਲ ਕਹੀਏ ਕਿ ਪ੍ਰੋਫੈਸ਼ਨਲ ਨਹੀਂ ਹੈਗੇ, ਕਿਉਂਕਿ ਉਹਦਾ ਰੀਜ਼ਨ ਇਹ ਵੀ ਹੋ ਸਕਦੇ ਬਜਟ ਘਟਣੇ ਪਿਕਚਰਾਂ ਦੇ ਹਨਾ, ਜਾਂ ਕੁਛ ਵੀ ਹੈਗਾ। ਸੋ ਮੈਨੂੰ ਇਹ ਸੀਗਾ ਕਿ ਮੈਂ ਪ੍ਰੋਫੈਸ਼ਨਲ ਵਰਕ ਕਰਨਾ, ਕਿਉਂਕਿ ਵਕਾਲਤ ਕੀਤੀ ਹੈ, ਓਬਵੀਅਸ ਜੀ ਗੱਲ ਹੈ ਮੈਂ ਰੀਪ੍ਰੈਜੈਂਟ ਕਰ ਰਿਹਾ ਬਾਹਰ ਨੂੰ, ਹਾਈ ਕੋਰਟ ਨੂੰ ਰੀਪ੍ਰੈਜੈਂਟ ਕਰ ਰਿਹਾ, ਮੈਨੂੰ ਇਹ ਸੀਗਾ ਕਿ ਜੇ ਮੈਂ ਕੰਮ ਕਰਾਂ ਤਾਂ ਅੱਛਾ ਕਰਾਂ ਹਨਾ। ਸੋ ਇੱਥੇ ਮੇਰੇ ਇੱਕ ਦੋ ਹੋਏ ਇੱਦਾਂ ਦੇ ਇੰਸੀਡੈਂਟ ਹੋਏ, ਸੋ ਮੈਨੂੰ ਇਹ ਲੱਗਿਆ ਕਿ ਯਾਰ ਬੰਦੇ ਪ੍ਰੋਫੈਸ਼ਨਲ ਨੇ, ਕਿਉਂਕਿ ਨਵੇਂ ਆਰਟਿਸਟ ਸੀ ਆਪਾਂ ਹਨਾ, ਅਤੇ ਫਿਰ ਮੈਂ ਕਿਹਾ ਯਾਰ ਮੈਂ ਇੱਦਾਂ ਨਹੀਂ ਡੀਲ ਕਰਦਾ, ਇੱਕ ਬੜੇ ਚਲੋ ਮੈਂ ਨਾਂ ਨਹੀਂ ਲੈਂਦਾ, ਅਤੇ ਕਿਸੇ ਨਾਲ ਮੇਰੀ ਗੱਲ ਹੋਈ ਸੀ ਪ੍ਰੋਡਕਸ਼ਨ ਵਾਲੇ ਨਾਲ, ਸੋ ਉਹ ਮੇਰਾ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਮੈਂ ਵਿੱਚ ਜੇ, ਅਤੇ ਉਹ ਮੇਰਾ ਬੜਾ ਵਧੀਆ ਗੱਲ ਸੀ, ਮੈਨੂੰ ਉਹਨੇ ਬੰਦੇ ਨੇ ਸਿਖਾਇਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁਣ ਇਹ ਵੀ ਕਲਾਕਾਰ ਹੈ, ਮੈਨੂੰ ਕਹਿੰਦਾ ਕਿ ਬਈ ਯਾਰ ਤੁਸੀਂ ਪਿਕਚਰ ਕਰਨੀ ਹੋਊਗੀ ਨਾ, ਕੁਛ ਵੀ ਕਰੋਗੇ ਆਰਟਿਸਟ ਨੂੰ ਨਾ ਵੈਨਿਟੀ ਦੀ ਆਦਤ ਨਾ ਪਾਇਓ, ਅਤੇ ਮੈਨੂੰ ਬੜਾ ਦੁੱਖ ਹੋਇਆ, ਮੈਂ ਕਿਹਾ ਯਾਰ ਮੈਂ ਖੁਦ ਆਰਟਿਸਟ ਹਾਂ ਹਨਾ, ਕਿ ਤੁਸੀਂ ਆਰਟਿਸਟ ਨੂੰ ਇੰਨਾ ਕੁ ਉਹ ਸਮਝਦੇ ਹੋ, ਅਤੇ ਮੈਂ ਫਿਰ ਉਹ ਸੋਚਿਆ ਮੈਂ ਕਿਹਾ ਦਵਿੰਦਰ ਤੇਰੀ ਦਾਲ ਇੱਥੇ ਘੱਟ ਗਲੂਗੀ, ਜੇ ਤੈਨੂੰ ਮੌਕਾ ਮਿਲੂਗਾ ਤਾਂ ਬਾਲੀਵੁੱਡ 'ਚ ਮਿਲਾਊਗਾ, ਅਤੇ ਮੈਂ ਲਾਈਕ ਐਡਵਰਟਾਈਜ਼ਮੈਂਟ ਵੀ ਕੀਤੀ ਆ, ਇੰਨਾ ਅੱਛਾ ਟ੍ਰੀਟਮੈਂਟ ਸੀ ਇੱਥੇ ਟੀ ਸੀਰੀਜ਼ ਦੇ ਨਾਲ ਕੰਮ ਕੀਤਾ, ਠੀਕ ਹੈ ਜੀ, ਉਹਨਾਂ ਦੀ ਪ੍ਰੋਡਕਸ਼ਨ ਦਾ ਮਹੀਪਾਲ ਸਰ ਸੀਗੇ ਉੱਥੇ, ਮੁੰਡੇ ਰਜਤ ਹੋਣੀ ਹੋ ਗਏ, ਲਾਈਕ ਏਡੀ ਸੀਗੇ ਜਤਿੰਦਰ ਹੋ ਗਿਆ ਮਾਰਿਆ ਸੀਗੀ ਹਨਾ ਜੀ, ਇੱਕ ਸ਼ਿਵਾਂ ਦੀ ਲੜਕੀ ਸੀ ਬਹੁਤ, ਮਤਲਬ ਕਿ ਜਿਹੜੇ ਤੁਹਾਡੇ ਆਰਟ ਆਪਣੇ ਮੇਕਅਪ ਆਰਟਿਸਟ ਸੀਗੇ ਰਬੈਕਾ ਲੜਕੀ ਹੈ ਇੱਕ ਹਨਾ ਜੀ, ਅਤੇ ਉਹ ਤੁਹਾਨੂੰ ਲਾਈਕ ਬਹੁਤ ਤਰੀਕੇ ਨਾਲ ਡੀਲ ਕਰਦੇ ਨੇ, ਉਹ ਇਹ ਨਹੀਂ ਕਹਿੰਦੇ ਕਿ ਹਾਂ ਵੀ ਟੇਕ ਇਟ ਫੋਰ ਗ੍ਰਾਂਟਿਡ ਲਓ ਆਰਟਿਸਟ ਨੂੰ, ਇੱਥੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈ ਕਿ ਥੋੜ੍ਹਾ ਆਰਟਿਸਟ ਨੂੰ ਟੇਕ ਇਟ ਫੋਰ ਗ੍ਰਾਂਟਿਡ ਲੈਂਦੇ ਨੇ, ਸੋ ਜਿੰਨਾ ਇਹਦਾ ਨਾਮ ਹੈਗੇ ਨੇ ਅਤੇ ਉਹਨਾਂ ਤਾਂ ਹੈਗੇ ਆ, ਬਟ ਮੈਨੂੰ ਇਹ ਚੀਜ਼ ਸੀਗੀ ਕਿ ਮੇਰੇ ਵਾਸਤੇ ਸਭ ਤੋਂ ਵੱਡੀ ਚੀਜ਼ ਰਿਸਪੈਕਟ ਹੈ ਮੇਰੀ, ਅਤੇ ਮੈਂ ਪ੍ਰੋਫੈਸ਼ਨਲ ਕੰਮ ਕਰਨਾ, ਮੇਰੀ ਮਿਹਨਤ ਆਂਦਾ ਮੈਨੂੰ ਮਿਲਣਾ ਜ਼ਰੂਰੀ ਹੈ, ਮੈਂ ਤਾਂ ਉਸ ਕੰਡੀਸ਼ਨ ਦੇ ਉੱਤੇ ਕੰਮ ਕਰਦਾ ਜੀ, ਸਿੱਧੀ ਜੀ ਗੱਲ। ਕਿਉਂਕਿ ਤੁਸੀਂ ਵਕੀਲ ਹੋ, ਜਦੋਂ ਫਿਲਮ ਹੋ ਗਈ, ਰਿਲੀਜ਼ ਹੋ ਗਈ ਹਨਾ, ਟੱਪ ਗਈ ਮਹੀਨਾ ਦੋ ਮਹੀਨੇ ਤਿੰਨ ਮਹੀਨੇ, ਹਾਈਕੋਰਟ ਜਾਂਦੇ ਹੋ ਦੋਸਤ, ਚਲੋ ਜਿਹੜੇ ਜਾਣਦੇ ਨੇ ਕਈ ਦੇਖ ਕੇ ਕਹਿੰਦੇ ਯਾਰ ਇਹ ਤਾਂ ਮੁੰਡਾ ਉਹ ਹੈ, ਭਾਜੀ ਤੁਸੀਂ ਉਹ ਫੋਟੋ ਖਿਚਾ ਲਓ। ਅੱਜ ਰੀਸੈਂਟ ਹੀ ਹੋਇਆ, ਮੈਂ ਤੁਹਾਨੂੰ ਦੱਸਾਂ, ਤੇ ਮੈਂ ਲੰਘ ਰਿਹਾ ਸੀ, ਕੋਈ ਵੈਸੇ ਕੋਈ ਲਿਟੀਗੈਂਟ ਆਇਆ ਹੋਊਗਾ ਜਾਂ ਕੁਛ ਵੀ, ਮੈਂ ਖੜਾ ਸੀਗਾ ਮੈਨੂੰ ਹਾਂ ਹਾਈਕੋਰਟ ਦੇ ਵਿੱਚ ਹੀ, ਤੇ ਮੈਂ ਲੰਘਿਆ ਜਾਵਾਂ ਤੇ ਮੈਨੂੰ ਕਹਿੰਦੇ ਭਾਈ ਯਾਰ ਤੁਸੀਂ ਸੰਗਰਾਮ ਸਿੰਘ ਨਹੀਂ ਹੈਗੇ? ਮੈਂ ਕਿਹਾ ਹਾਂਜੀ ਸੰਗਰਾਮ ਸਿੰਘ। ਉਹ ਯਾਰ ਕਹਿੰਦਾ ਅਸੀਂ ਬਹੁਤ ਡਿਸਕਸ਼ਨ ਕਰਦੇ ਹਾਂ ਤੁਹਾਡੇ ਬਾਰੇ। ਅੱਛਾ, ਮੈਂ ਕਿਹਾ ਚਲੋ ਥੈਂਕ ਯੂ ਸੋ ਮੱਚ ਹਨਾ, ਅਤੇ ਪਿੱਛੇ ਜੇ ਜਿਹੜੀ ਆਪਣੀ ਬਾਰ ਹੈਗੀ ਹੈ ਹਾਈਕੋਰਟ ਦੇ ਬਾਰ ਐਸੋਸੀਏਸ਼ਨ, ਆਪਣੇ ਮਲਿਕ ਭਾਜੀ ਹੋ ਗਏ, ਆਪਣੇ ਟਿਵਾਣਾ ਸਾਹਿਬ ਜਿਹੜੇ ਸੈਕਟਰੀ ਸਾਹਿਬ ਹੈਗੇ ਨੇ ਹਨਾ, ਜੁਆਇੰਟ ਸੈਕਟਰੀ ਮੈਮ ਨੇ, ਅਤੇ ਉਹਨਾਂ ਨੇ ਬੁਲਾਇਆ ਮੈਨੂੰ, ਕਹਿੰਦੇ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਕੋਈ ਵਕੀਲ ਭਰਾ ਇੰਨੇ ਅੱਛੇ ਵਧੀਆ ਥਾਂ ਦੇ ਉੱਤੇ ਇੱਕ ਵਧੀਆ ਲੈਵਲ 'ਤੇ ਗਿਆ ਹਨਾ। ਸੋ ਉਹ ਬਹੁਤ ਵੱਡੀ ਐਪਰੀਸੀਏਸ਼ਨ ਸੀ ਮੇਰੇ ਵਾਸਤੇ, ਮੇਰੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਉਹ ਬਹੁਤ ਐਪਰੀਸ਼ੀਏਟ ਕਰਦੇ ਨੇ, ਜਿੰਨੇ ਵੀ ਐਡਵੋਕੇਟਸ ਨੇ, ਮਤਲਬ ਮੈਂ ਕਿਹਦਾ ਕਿਹਦਾ ਨਾਮ ਲਵਾਂ, ਮੈਂ ਕਿ ਬਹੁਤ ਲੋਕ ਨੇ ਹਨਾ। ਸੋ ਵਕੀਲ ਭਰਾ ਉਹ ਕਹਿੰਦਾ ਯਾਰ ਆਪਣਾ ਮੁੰਡਾ ਯਾਰ
ਡਿਸਟ੍ਰਿਕਟ ਵਾਈਜ਼ ਮੈਂ ਇਲੈਕਸ਼ਨ ਵਗੈਰਾ ਕੰਟੈਸਟ ਕਰਦਾ ਉਦੋਂ ਮੇਰੀ ਸੀਰੀਜ਼ ਆ ਗਈ ਸੀ ਸੋ ਮੈਨੂੰ ਹਰ ਕੋਈ ਇੰਟਰੋਡਕਸ਼ਨ ਮੇਰੀ ਜ਼ਿਆਦਾ ਐਕਟਰ ਦੇ ਨਾਂ ਤੇ ਹੁੰਦੀ ਸੀ ਐਡਵੋਕੇਟ ਦੇ ਨਾਂ ਤੇ ਘੱਟ ਹੁੰਦੀ ਸੀ ਸੋ ਹੁਣ ਇੱਕ ਨੂੰ ਮੈਨੂੰ ਬਹੁਤ ਸਾਰੇ ਐਡਵੋਕੇਟ ਕਹਿ ਦਿੰਦੇ ਨੇ ਹਨਾ ਉਹ ਕਹਿੰਦੇ ਯਾਰ ਦਵਿੰਦਰ ਤੂੰ ਇੱਥੇ ਹੀ ਕਰਦਾ ਯਾਰ ਤੂੰ ਬੰਬੇ ਜਾ ਯਾਰ ਹਨਾ ਕਿ ਸਾਨੂੰ ਤੂੰ ਉੱਥੇ ਵਧੀਆ ਲੱਗਦਾ ਹਨਾ ਸੋ ਮੇਰੇ ਵਾਸਤੇ ਐਪਰੀਸੀਏਸ਼ਨ ਹੈਗੀ ਹੈ ਠੀਕ ਹੈ ਤੂੰ ਅੱਛਾ ਲੱਗਦਾ ਬਟ ਇਹ ਹੈਗਾ ਕਿ ਚਲੋ ਪ੍ਰੋਫੈਸ਼ਨ ਤਾਂ ਪ੍ਰੋਫੈਸ਼ਨ ਹੀ ਹੈ ਤੁਹਾਡਾ ਤੁਸੀਂ ਰੋਟੀ ਵੀ ਖਾਣੀ ਹੈ ਲਾਸਟ ਸਵਾਲ ਦਾ ਵੀ ਜੀ ਕਿ ਹੁਣ ਐਨੀਮਲ ਤੋਂ ਬਾਅਦ ਵਟ ਇਜ਼ ਨੈਕਸਟ ਹੈ ਨਾ ਕਿ ਵੱਡਾ ਏਡਾ ਵੱਡਾ ਪ੍ਰੋਜੈਕਟ ਕਰਕੇ ਆਏ ਹੋ ਤੁਹਾਡੀ ਰੀਲਾਂ ਬਹੁਤ ਚੱਲ ਰਹੀਆਂ ਫੇਮਸ ਹੋ ਤੁਸੀਂ ਹੁਣ ਕਹਿੰਦੇ ਨੇ ਕਿ ਜਦੋਂ ਇੱਕ ਤੁਸੀਂ ਮੁਕਾਮ ਕਰ ਲੈਂਦੇ ਹੋ ਨਾ ਉਸ ਤੋਂ ਥੱਲੇ ਨਹੀਂ ਹੈ ਨਾ ਉਸ ਤੋਂ ਉੱਪਰ ਹੀ ਕਰਨਾ ਤੇ ਹੁਣ ਡੈਵੀ ਆਪਣੇ ਵਾਸਤੇ ਕੀ ਦੇਖਦੇ ਨੇ ਨਹੀਂ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਜੀ ਕਿ ਮੈਨੂੰ ਸ਼ੁਰੂ ਤੋਂ ਬਹੁਤ ਅੱਛੇ ਕਰੈਕਟਰ ਮਿਲੇ ਨੇ ਹਨਾ ਤੇ ਮੈਂ ਕਿਉਂਕਿ ਉਹ ਮੇਰੀ ਚੋਇਸ ਸੀਗੀ ਅਦਰਵਾਈਜ਼ ਜੇ ਮੈਂ ਕੁਛ ਵੀ ਕਰਨਾ ਹੁੰਦਾ ਤਾਂ ਮੈਂ ਕਰ ਸਕਦਾ ਸੀਗਾ ਹੁਣ ਚਲੋ ਸੰਦੀਪ ਸਰ ਨੇ ਠੀਕ ਹੈ ਟੀ ਸੀਰੀਜ਼ ਨੇ ਭੂਸ਼ਣ ਕੁਮਾਰ ਜੀ ਨੇ ਇੱਕ ਲੈਵਲ ਤੇ ਤੁਹਾਨੂੰ ਖੜਾ ਕਰ ਦਿੱਤਾ ਹਨਾ ਤੇ ਮੈਂ ਉੱਥੋਂ ਥੱਲੇ ਨਹੀਂ ਡਿੱਗੂੰਗਾ ਸਿੰਪਲ ਜੀ ਗੱਲ ਹੈ ਜੇ ਮੈਂ ਕੋਈ ਕੰਮ ਕਰੂੰਗਾ ਉਦੋਂ ਉੱਤੇ ਵਾਲਾ ਕਰੂੰਗਾ ਸੋ ਉਹਦੇ ਵਾਸਤੇ ਮੇਰੀਆਂ ਕੰਡੀਸ਼ਨਸ ਵੀ ਹੋਰ ਹੋਣਗੀਆਂ ਮੈਂ ਪਹਿਲੀ ਗੱਲ ਤਾਂ ਕੰਡੀਸ਼ਨਸ ਕਲੀਅਰ ਕਰਕੇ ਚੱਲਦਾ ਜੀ ਸਿੰਪਲ ਜੀ ਗੱਲ ਹੈ ਕਿ ਮੈਂ ਜਿਹਦੇ ਨਾਲ ਮੇਰੇ ਨਾਲ ਮੈਨੂੰ ਲੱਗੇ ਵੀ ਕਿ ਕੋਈ ਮੇਰੇ ਨਾਲ ਪ੍ਰੋਫੈਸ਼ਨਲ ਡੀਲ ਨਹੀਂ ਕਰ ਰਿਹਾ ਸੋ ਮੈਂ ਉਹਨੂੰ ਕਹਿ ਦਿੰਦਾ ਬਾਈ ਜੀ ਮਾਫ਼ ਕਰੋ ਮੈਨੂੰ ਇੱਦਾਂ ਦੇ ਕੰਮ ਦੀ ਲੋੜ ਨਹੀਂ ਹੈਗੀ ਸੋ ਮੇਰਾ ਥੋੜ੍ਹਾ ਜਿਹਾ ਕਲੀਅਰ ਹੈ ਲੋਕ ਹਾਂ ਲੋਕ ਮੈਨੂੰ ਕਹਿ ਵੀ ਦਿੰਦੇ ਹੋਣਗੇ ਸ਼ਾਇਦ ਕਿ ਹਾਂ ਵੀ ਇਹ ਬੜਾ ਰੂਡ ਹੈ ਜਾਂ ਲਾਈਕ ਇੱਦਾਂ ਮੈਂ ਕਿਹਾ ਯਾਰ ਜਿਹਨੇ ਜੋ ਸਮਝਣਾ ਸਮਝੀ ਜਾਓ ਪਰ ਜੋ ਮੇਰਾ ਪਿਛੋਕੜ ਰਿਹਾ ਜੋ ਮੈਂ ਜੋ ਪਿੱਛੋਂ ਚੀਜ਼ਾਂ ਫੇਸ ਕਰਕੇ ਆਇਆ ਮੈਂ ਫਿਰ ਆਪਣੀ ਕੰਡੀਸ਼ਨ ਸੇ ਕੰਮ ਕਰੂੰਗਾ ਜੀ ਰਣਬੀਰ ਕਪੂਰ ਦੇ ਭਰਾ ਦਾ ਰੋਲ ਔਰ ਜਿਹੜੇ ਦਮਦਾਰ ਡਾਇਲੋਗ ਔਰ ਰੀਲਾਂ ਤੇ ਫੇਮਸ ਹੋਏ ਨੇ ਉਹ ਵੱਡੀ ਗੱਲ ਔਰ ਦੂਜੀ ਗੱਲ ਇਹ ਇੰਪੋਰਟੈਂਟ ਹੈ ਕਿ ਵਕੀਲ ਨੇ ਵਕਾਲਤ ਜਾਣਦੇ ਨੇ ਔਰ ਇੱਕ ਕਹਿੰਦੇ ਨੇ ਡਬਲ ਬੈਨੀਫਿਟ ਹੋ ਜਾਂਦਾ ਲੇਕਿਨ ਇਹ ਜ਼ਰੂਰ ਹੈ ਕਿ ਇੰਡਸਟਰੀ ਨੂੰ ਇੱਕ ਨਵਾਂ ਸਟਾਰ ਮਿਲ ਚੁੱਕਿਆ ਔਰ ਜਿਹੜਾ ਆਪਣੀ ਸ਼ਰਤਾਂ ਤੇ ਕੰਮ ਕਰਨਾ ਚਾਹੁੰਦਾ ਵੀਡੀਓ ਜਰਨਲਿਸਟ ਅਜੇ ਦੇ ਨਾਲ ਉਮੇਸ਼ ਸ਼ਰਮਾ ਨਿਊਜ਼ 18 ਚੰਡੀਗੜ੍ਹ